ਵਾਟਰਪਰੂਫ ਹੈ, ਕੋਈ ਪਾਣੀ ਦਾ ਸਟੇਨ ਨਹੀਂ ਆਉਣਾ। ਇਹ ਸਿਰਫ ਤੇ ਸਿਰਫ ਆਪਾਂ ਨੂੰ ਪੈਣਾ 20 ਰੁਪਏ ਫੁੱਟ ਦੀ ਆਈਟਮ ਹੈ ਜੀ। ਭਾਜੀ ਆਹ ਮਾਲ 30-35 ਰੁਪਏ ਫੁੱਟ ਦੇ ਹਿਸਾਬ ਨਾਲ ਮਾਰਕੀਟ ਵਿੱਚ ਵਿਕਦਾ ਹੈ ਜੀ। ਬਾਜ਼ਾਰ ਵਾਲਿਆਂ ਨੂੰ ਛੱਡੋ, ਆਪਣਾ ਰੇਟ 20 ਤੇ 20 ਰੁਪਏ ਸਿਰਫ ਫਰੈਸ਼ ਦਾ ਮਾਲ ਹੋਊਗਾ, ਕੋਈ ਮਾਲ ਆਊਗਾ, ਕੋਈ ਲੋਟ ਦਾ ਮਾਲ ਨਹੀਂ, ਕੋਈ ਕੁਛ ਨਹੀਂ ਜੀ, ਇੱਕੋ ਜਿਹਾ ਮਾਲ। ਭਾਜੀ ਆਹ ਵਾਲੀ ਟੈਲ ਤਾਂ ਬਹੁਤ ਮਹਿੰਗੀ ਲੱਗਦੀ, 60-70 ਰੁਪਏ ਫਿੱਟ ਦੇ ਹਿਸਾਬ ਨਾਲ ਹੋਣੀ ਹੈ। ਨਹੀਂ ਜੀ ਨਹੀਂ, ਜਿਹੜੀ ਤੁਹਾਨੂੰ ਹੁਣੀ ਗੱਲ ਕਹਿ ਕੇ ਚੁੱਕੇ ਆ, ਸਿਰਫ ਤੇ ਸਿਰਫ 28 ਰੁਪਏ ਦੇ ਵਿੱਚ ਆ ਵੀ ਟੈਲ 28 ਰੁਪਏ ਦੇ ਵਿੱਚ ਭਾਜੀ। ਭਾਜੀ 28 ਰੁਪਏ ਮਾਲ ਲੈ ਕੇ ਜਾਣਾ ਸੀ, ਉਹ ਵੀ ਇਟਾਲੀਅਨ ਲੁੱਕ ਹੈ ਭਾਜੀ, ਪ੍ਰੀਮੀਅਮ ਕੁਆਲਿਟੀ ਜਿੰਨਾ। ਵਾਜੀ ਭਾਜੀ ਕਿੱਦਾਂ ਹਾਲ ਜੀ ਭਾਜੀ? ਉਹ ਵਧੀਆ ਭਾਜੀ, ਵਧੀਆ ਜੀ, ਹੋਰ ਸੁਣਾਓ ਜੀ? ਬਹੁਤ ਵਧੀਆ ਭਾਜੀ, ਤੁਹਾਡੀ ਐਡ ਬਹੁਤ ਦੇਖੀ ਭਾਜੀ, ਜਿਹੜੀ 2x4 ਦੀ ਟੈਲ 45 ਰੁਪਏ ਫਿੱਟ ਵੀ ਸਕੁਅਰ ਫਿੱਟ ਦੇ ਹਿਸਾਬ ਦੇ ਨਾਲ ਦਿੰਦੇ ਤੇ ਹੈਗੀ ਜੈਨੂਅਨ ਵਾਲੀ ਭਾਜੀ। ਉਹ ਤਾਂ ਗੱਲ ਬਹੁਤ ਪੁਰਾਣੀ ਹੋ ਗਈ ਭਾਜੀ, ਮਤਲਬ ਮੁੱਕਰ ਗਏ ਜਿਹੜੀ ਐਡ ਦਿੱਤੀ, ਫੇਕ ਐਡ ਆ। ਉਹ ਦੇਖੋ ਕੈਮਰਾ ਲੈ ਕੇ ਆਏ ਭਾਜੀ ਅਸੀਂ ਨਾਲ। ਭਾਜੀ ਇਹਨੂੰ ਰੋਕੋ, ਆਪਾਂ ਦੇਖੋ ਤੁਹਾਡੇ ਲਈ ਲੈ ਕੇ ਆਏ ਆ, ਕੁਆਲਿਟੀ ਬਹੁਤ ਹੀ ਵਧੀਆ। ਸਰਦਾਰ ਜੀ ਨੂੰ ਆਪਾਂ ਹੁਣੇ ਦਿਖਾਣੇ ਆ, 28 ਰੁਪਏ ਫੁੱਟ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਭਾਜੀ। ਕੈਮਰਾ ਦੇਖ ਕੇ ਕਿਤੇ 45 ਤੋਂ 28 ਦਾ ਨਹੀਂ ਕਰਦਾ ਬਸ ਉੱਪਰ ਜਾਣ ਦੀ। ਨਹੀਂ ਭਾਜੀ, ਮੈਂ ਕਿਹਾ ਤੁਸੀਂ ਚਾਹੇ 50 ਡੱਬਾ ਲਓ, ਚਾਹੇ ਡੱਬਾ ਲਓ 500, ਆਪਾਂ ਤੁਹਾਨੂੰ ਖੜੇ ਪੈਰ ਦੇਵਾਂਗੇ। ਪ੍ਰੀਮੀਅਮ ਕੁਆਲਿਟੀ ਸਿਰਫ ਤੇ ਸਿਰਫ 28 ਰੁਪਏ ਦੇ ਵਿੱਚ, ਕੋਈ ਲਾੜ ਦਾ ਮਾਲ ਨਹੀਂ ਹੈਗਾ। ਮੈਂ ਕਿਹਾ ਭਾਜੀ ਫਰੈਸ਼ ਕੁਆਲਿਟੀ, ਪ੍ਰੀਮੀਅਮ ਕੁਆਲਿਟੀ। ਉਹ ਆ ਤਾਂ ਡਿਜ਼ਾਈਨ ਹੈ, ਤਕਰੀਬਨ 45-45 ਰੁਪਏ ਫੁੱਟ, 50-50 ਰੁਪਏ ਫੁੱਟ ਵਿਕਦਾ ਬਾਜ਼ਾਰ 'ਚ। ਮੈਂ ਕਿਹਾ ਭਾਜੀ ਉਹੀ ਤਾਂ ਕਹਿੰਦੇ ਪਏ ਆ, ਲੋਕੀ ਆਪਾਂ ਲੋਕਾਂ ਵਾਲਾ ਕੰਮ ਨਹੀਂ, ਆਪਣਾ ਕੰਮ ਹੈਗਾ ਹੋਲਸੇਲ ਦਾ ਜੀ। ਤੁਸੀਂ ਜਿੰਨਾ ਮਰਜ਼ੀ ਲਓ, ਕੋਈ ਇਹਦੇ ਕੁਆਲਿਟੀ 'ਚ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ, ਬਿੰਗੀ ਵਗੈਰਾ ਜਾਂਦਾ ਨਹੀਂ ਹੈ। ਮੈਂ ਕਹੀ ਸਭ ਪ੍ਰੀਮੀਅਮ ਭਾਜੀ। ਆਹ ਵਾਲੀ ਟੈਲ ਤਾਂ ਬਹੁਤ ਮਹਿੰਗੀ ਲੱਗਦੀ, 60-70 ਰੁਪਏ ਫਿੱਟ ਦੇ ਹਿਸਾਬ ਨਾਲ ਹੋਣੀ ਹੈ। ਮੈਂ ਕਿਹਾ ਨਹੀਂ ਜੀ ਨਹੀਂ, ਜਿਹੜੀ ਤੁਹਾਨੂੰ ਹੁਣੀ ਗੱਲ ਕਹਿ ਕੇ ਚੁੱਕੇ ਆ, ਸਿਰਫ ਤੇ ਸਿਰਫ 28 ਰੁਪਏ ਦੇ ਵਿੱਚ ਆ ਵੀ ਟੈਲ 28 ਰੁਪਏ ਦੇ ਵਿੱਚ ਭਾਜੀ। ਭਾਜੀ 28 ਰੁਪਏ ਮਾਲ ਲੈ ਕੇ ਜਾਣਾ ਸੀ, ਉਹ ਵੀ ਇਟਾਲੀਅਨ ਲੁੱਕ ਹੈ ਭਾਜੀ, ਪ੍ਰੀਮੀਅਮ ਕੁਆਲਿਟੀ। ਜਿੰਨਾ ਮਰਜ਼ੀ ਮਾਲ ਲਓ, ਇਹ ਨਹੀਂ ਹੈ ਕਿ ਆਪਾਂ 10 ਰੁਪਏ ਦੇਣੇ, 20 ਰੁਪਏ ਦੇਣੇ, ਜਿੰਨਾ ਮਰਜ਼ੀ ਲਓ। ਨੋਰਮਲੀ ਇਦਾਂ ਹੁੰਦਾ ਨਾ, ਕਹਿੰਦੇ ਮਾਲ ਮੁੱਕ ਗਿਆ। ਨਹੀਂ ਭਾਜੀ ਨਹੀਂ, ਮੈਂ ਕਿਹਾ ਜੀ ਆਹ ਦੇਖੋ ਤੁਸੀਂ ਉਹਨੂੰ ਡਿਜ਼ਾਈਨ ਛੱਡੋ, ਆਹ ਦੇਖੋ 100 ਡੱਬਾ ਮਿਲੂਗਾ, ਉਹ ਵੀ ਮਿਲੂਗਾ। ਮੈਂ ਕਿਹਾ ਜੀ 100-200 ਜਿੰਨਾ ਮਰਜ਼ੀ ਲਓ ਜੀ, ਸੇਮ ਇੱਕੋ ਜਿਹਾ ਮਾਲ, ਸੇਮ ਇੱਕੋ ਜਿਹਾ ਮਾਲ, 28 ਰੁਪਏ ਸਕੁਅਰ ਫਿੱਟ, 2x4 ਸਿਰਫ 28 ਰੁਪਏ ਦੇ ਵਿੱਚ। ਲਓ ਵੀ ਵੀਰੋ, ਭਾਜੀ ਉਹਨਾਂ ਨੇ ਬਹੁਤ ਤਗੜਾ ਧਮਾਕਾ ਕਰਤਾ ਵਾ ਜੀ। ਤੇ ਇਹ ਵੀ ਭਾਜੀ 28 ਰੁਪਏ ਸਕੁਅਰ ਫਿੱਟ ਹੈ ਜੀ, ਜਿਹੜਾ ਮਰਜ਼ੀ ਲਓ। ਆਓ ਦੇਖੋ ਤੁਹਾਡੇ ਪਿੱਛੇ ਆਪਣੇ ਲੱਗੇ ਹੋਏ ਬੁੱਢੇ ਦੇ ਡਿਜ਼ਾਈਨ ਜੀ, ਉਹ ਮੈਂ ਕੈਮਰਾਮੈਨ ਨੂੰ ਕਹਾਂਗੇ ਇਧਰ ਨੂੰ ਮਾੜਾ ਮਾਰਨ। ਆਹ ਦੇਖੋ ਜੀ, ਆਹ ਦੇਖੋ ਡਿਜ਼ਾਈਨ, ਆਹ ਦੇਖੋ ਜੀ। ਹੁਣ ਭਾਜੀ ਬਾਜ਼ਾਰ ਦੇ ਵਿੱਚ ਵਿਕਦਾ ਭਾਜੀ 55 ਤੋਂ ਲੈ ਕੇ 80 ਰੁਪਏ ਫੁੱਟ ਦੇ ਵਿੱਚ ਆਪਾਂ ਦਵਾਂਗੇ, ਸਿਰਫ ਸਿਰਫ 28 ਰੁਪਏ ਫੁੱਟ ਦੇ ਵਿੱਚ। ਇਹ ਵੀ 28 ਰੁਪਏ ਫੁੱਟ, ਇਹ ਵੀ 28 ਰੁਪਏ, ਦੇਖੋ ਜੀ ਇਹ ਵੀ 28 ਰੁਪਏ, ਮਾਲ ਲੈ ਜਾਓ। ਆਹ ਦੇਖੋ ਭਾਜੀ ਹੁਣ ਆਪਾਂ ਲੈ ਕੇ ਆਏ 2x2 ਦੀ ਟਾਈਲ, ਸਿਰਫ ਤੇ ਸਿਰਫ 22 ਰੁਪਏ ਫੁੱਟ ਦੇ ਵਿੱਚ। ਲੋ ਵੀ ਵੀਰਾ ਸਾਡਾ ਜਿੰਨਾ ਮਰਜ਼ੀ ਘਟਿਆ ਵਧਿਆ ਸਭ ਮਿਲੇਗਾ ਜੀ। ਧਮਾਕਾ ਕਰ ਰਹੇ ਰੇਟ ਦੇ ਵਿੱਚ 22 ਰੁਪਏ ਸਕੁਅਰ ਫੁੱਟ ਦੇ ਡਿਜ਼ਾਈਨ, ਚਾਹੇ ਆ ਲੋ ਜਿਹੜਾ ਮਰਜ਼ੀ ਲੋ, ਸਾਰੇ ਦੇ ਸਾਰੇ ਡਿਜ਼ਾਈਨ 22 ਤੇ 22 ਰੁਪਏ। ਇਹ ਤਾਂ ਮਾਰਕੀਟ ਦੇ ਵਿੱਚ 50-50 ਰੁਪਏ ਸਕੁਅਰ ਫੁੱਟ ਮਿਲਦੇ ਆ ਭਾਜੀ। ਹੋਲਸੇਲ ਦਾ ਕੰਮ ਹੈ ਜੀ ਆਪਣਾ, ਕੋਈ ਸਿੱਧੀ ਡਾਇਰੈਕਟ ਗੱਡੀਆਂ ਆਉਂਦੀਆਂ ਜੀ, ਕੋਈ ਦਿੱਕਤ ਨਹੀਂ। ਮਾਲ ਜਿੰਨਾ ਮਰਜ਼ੀ ਘਟੇ ਵਧੇ ਹਰ ਵੇਲੇ ਮਿਲੂਗਾ ਜੀ, ਮਾਲ ਮਿਲੂਗਾ ਹੀ ਮਿਲੂਗਾ। ਮੈਂ ਕਿਹਾ ਰੈਗੂਲਰ ਮਿਲੂਗਾ, ਤੇ ਕਿਤੇ ਇਹ ਚੱਕਰ ਤਾਂ ਨਹੀਂ ਹੈਗਾ ਕਿ ਕੈਮਰਾ ਇੱਥੇ ਹੈਗਾ ਵਾ ਤੇ ਤੁਸੀਂ ਰੇਟ ਘਟਾਤਾ ਵਾ। ਮੈਂ ਕਿਹਾ ਜੀ ਤੁਸੀਂ ਮੇਰੀ ਵੀਡੀਓ ਸ਼ੇਅਰ ਕਰੋਗੇ, ਕੁਛ ਨਾ ਕੁਛ ਐਕਸਟਰਾ ਗਿਫਟ ਵੀ ਦਿੱਤਾ ਜਾਊਗਾ ਉਸ ਕੰਪ। ਲਓ ਵੀ ਵੀਰੋ, ਭਾਜੀ ਉਹਨਾਂ ਨੇ ਧਮਾਕਾ ਕਰਦਾ, ਵੀਡੀਓ ਸ਼ੇਅਰ ਕਰਕੇ ਆਣਾ ਤੇ ਚੈਨਲ ਸਬਸਕ੍ਰਾਈਬ ਕਰਕੇ ਆਣਾ, ਬਿਲਕੁਲ ਤੇ ਗਿਫਟ ਵੀ ਨਾਲ ਤੁਹਾਨੂੰ ਮਿਲੂਗਾ। ਪੱਕਾ ਜੀ ਪੱਕਾ, ਕੁਛ ਨਾ ਕੁਛ 50,000 ਦੀ ਪਰਚੇਸ ਤੇ ਉੱਤੇ ਕੁਛ ਨਾ ਕੁਛ ਗਿਫਟ ਜ਼ਰੂਰ ਮਿਲੂਗਾ। ਤੁਹਾਨੂੰ ਗਿਫਟ ਲੱਕੀ ਡਰਾ ਜ਼ਰੂਰ ਕੱਢਿਆ ਜਾਊਗਾ ਤੁਹਾਡੇ ਲਈ, ਬਿਲਕੁਲ ਮਿਲੂਗਾ, ਬਿਲਕੁਲ ਮਿਲੂਗਾ ਜੀ। ਭਾਜੀ ਆਹ ਜਿਹੜੀਆਂ ਪਿੱਲਰਾਂ ਵਗੈਰਾ ਦੇ ਉੱਤੇ ਲੱਗਦੀਆਂ ਬਾਥਰੂਮ 'ਚ ਟਾਈਲਾਂ ਲੱਗਦੀਆਂ, ਇਹਨਾਂ ਦੀ ਕੁਆਲਿਟੀ ਬਹੁਤ ਵਧੀਆ, 3D ਡਿਜ਼ਾਈਨ ਹੈ ਨਾ ਇਹ। ਮੈਂ ਕਿਹਾ ਭਾਜੀ ਡਿਜੀਟਲ ਪ੍ਰਿੰਟ ਹੈ ਤੇ ਵਾਟਰਪਰੂਫ ਮਾਲ ਹੈ, 100% ਵਾਟਰਪਰੂਫ ਹੈ, ਕੋਈ ਪਾਣੀ ਦਾ ਸਟੇਨ ਨਹੀਂ ਆਣਾ। ਇਹ ਸਿਰਫ ਤੇ ਸਿਰਫ ਆਪਾਂ ਨੂੰ ਪੈਣਾ ਵਾ 20 ਰੁਪਏ ਫੁੱਟ ਦੀ ਆਈਟਮ ਹੈ ਜੀ। ਭਾਜੀ ਆਹ ਮਾਲ 30-35 ਰੁਪਏ ਫੁੱਟ ਦੇ ਹਿਸਾਬ ਨਾਲ ਮਾਰਕੀਟ ਵਿੱਚ ਵਿਕਦਾ ਹੈ ਜੀ। ਬਾਜ਼ਾਰ ਵਾਲਿਆਂ ਨੂੰ ਛੱਡੋ, ਆਪਣਾ ਰੇਟ 20 ਤੇ 20 ਰੁਪਏ ਸਿਰਫ ਫਰੈਸ਼ ਦਾ ਮਾਲ ਹੋਊਗਾ, ਕੋਈ ਮਾਲ ਆਊਗਾ, ਕੋਈ ਲੋਟ ਦਾ ਮਾਲ ਨਹੀਂ, ਕੋਈ ਕੁਛ ਨਹੀਂ ਜੀ, ਇੱਕੋ ਜਿਹਾ ਮਾਲ ਲਓ। ਮੈਂ ਕਿਹਾ ਤੁਸੀਂ ਚਾਹੇ ਆ ਲਓ ਭਾਜੀ, ਚਾਹੇ ਆ ਲਓ ਜਿਹੜਾ ਮਰਜ਼ੀ ਲਓ, ਸਭ ਦੀ ਲੁੱਕ ਦੇਖੋ, ਐਂਡ ਡਿਜੀਟਲ ਪ੍ਰਿੰਟ ਹੈ ਸਾਰੇ, ਜਿਹੜੇ ਇਟਾਲੀ ਲੁੱਕ ਲੱਗਦੇ ਸਾਰੇ। ਮਾਰਕੀਟ ਦੇ ਵਿੱਚ ਤੁਹਾਡੇ ਨਾ ਇੱਕ ਬਾਥਰੂਮ 'ਚ ਪੈਸੇ ਲੱਗਣੇ ਆ, ਇਸ ਵੀਰੇ ਨੇ 3 ਬਾਥਰੂਮ ਤਿਆਰ ਕਰਾ ਦੇਣੇ ਆ। ਮੈਂ ਕਿਹਾ ਤੁਸੀਂ ਨਿਸ਼ਚਿੰਤ ਹੋ ਕੇ ਮੇਰੀ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਤੁਹਾਨੂੰ ਕੋਈ ਰੇਟ ਦੇ ਵਿੱਚ ਫਰਕ ਆਊਗਾ। ਮੈਂ ਬੈਠਾ ਵਾਂ ਜੀ ਭਾਜੀ, ਕਿਉਂਕਿ ਸਿਰਫ 20 ਰੁਪਏ ਦੇ ਵਿੱਚ ਤਾਂ ਲੋਕੀ ਵਾਲਪੇਪਰ ਲਾਈ ਜਾ ਰਹੇ ਭਾਜੀ, ਤੁਸੀਂ ਉਹਨੇ ਦੀ ਟਾਈਲ ਦਿੰਦੇ ਪਏ ਆ। ਮੈਂ ਕਿਹਾ ਜੀ ਇਹ ਤੁਸੀਂ ਲਗਾਉਣ ਤੋਂ ਬਾਅਦ ਲੁੱਕ ਤੁਸੀਂ ਐ ਸਮਝੋਗੇ ਕਿ
ਆਪਾਂ ਨੂੰ ਮਜ਼ਾ ਆ ਗਿਆ ਦਿਖੂਗੀ। ਹਾਂ ਵੀ ਬਾਥਰੂਮ ਵਗੈਰਾ ਤਿਆਰ ਕੀਤੇ ਆ ਹਾਈ ਕੁਆਲਿਟੀ ਚ ਤੁਸੀਂ ਤਿਆਰ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਭਾਜੀ 100% ਵਾਟਰਪ੍ਰੂਫ ਮਾਲ ਹੈਗਾ। ਤੁਸੀਂ ਡਿਜ਼ਾਈਨ ਆਪਾਂ ਇਹ ਨਹੀਂ ਕਹਿੰਦੇ ਕਿ ਡਿਜ਼ਾਈਨ ਆਪਾਂ ਸਿਰਫ 20 ਰੁਪਏ ਚ ਆਹੀ ਦੇਣਾ, ਤੁਸੀਂ ਆਹ ਪਸੰਦ ਕਰੋ ਜੀ, ਆਪ ਕਰੋ ਜਿਹੜਾ ਮਰਜ਼ੀ ਪਸੰਦ ਕਰੋ। ਮਤਲਬ ਕੋਈ ਨਾ ਇਦਾਂ ਵੀਡੀਓ ਬਣਾਉਂਦੇ ਚੱਕਰ ਚ ਇਦਾਂ ਬੋਲ ਕਰਦੇ ਆ ਜੀ, ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਲਓ ਸਾਰੇ ਦੇ ਸਾਰੇ ਵੀਰੇ ਇੱਕ ਮਾਲ ਦਿਖਾ ਦੇਣਾ ਆਪਾਂ ਸਸਤੇ ਤੇ ਦੂਜੇ ਚੱਕ ਦੇਣੇ, ਉਹ ਕੰਮ ਨਹੀਂ ਆ ਜੀ। ਨਹੀਂ ਨਹੀਂ ਜੀ, ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਲਓ ਅੱਖਾਂ ਬੰਦ ਕਰਕੇ, ਜਿੰਨਾ ਮਰਜ਼ੀ ਲਾਉਣ ਵਾਲੇ, ਜਿੰਨਾ ਮਰਜ਼ੀ 20 ਰੁਪਏ ਸਕੁਅਰ ਫੁੱਟ ਦੇ ਨਾਲ, 20 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਲਓ ਵੀ ਵੀਰੋ। ਬਹੁਤ ਸਸਤੇ ਰੇਟਾਂ ਦੇ ਉੱਤੇ ਭਾਜੀ ਨੇ ਆਪਣੇ ਜਿਹੜੇ ਪ੍ਰਾਈਸ ਆ ਡਿਸਕਲੋਜ਼ ਕਰਤੇ ਆ। ਹੁਣ ਫਾਇਦਾ ਤੁਸੀਂ ਉਠਾਣਾ ਹੈ ਵੀਡੀਓ ਨੂੰ ਸ਼ੇਅਰ ਕਰਕੇ, ਕੋਈ ਸ਼ੇਅਰ ਕਰੋਗੇ ਬਿਲਕੁਲ, ਜਿਹੜਾ ਸ਼ੇਅਰ ਕਰੋਗੇ। ਮੈਂ ਪਹਿਲਾਂ ਵੀ ਕਹਿ ਕੇ ਚੁੱਕਿਆ ਸੀਗਾ ਕਿ 50,000 ਦੀ ਪਰਚੇਸ ਦੇ ਉੱਤੇ ਇੱਕ ਗਿਫਟ ਡਾਇਲ ਵਜੋਂ ਇੱਕ ਗਿਫਟ ਜ਼ਰੂਰ ਦਿੱਤਾ ਜਾਊਗਾ ਨਾਲ ਸਮਾਰਟ ਵਾਚ ਦਾ। ਭਾਜੀ ਉਹਨਾਂ ਨੇ ਕਿਹਾ ਇੱਕ ਸਮਾਰਟ ਵਾਚ ਦੇਊਗੇ ਟੱਚ ਵਾਲੀ, ਹਾਂਜੀ ਬਿਲਕੁਲ, 50,000 ਦੀ ਪਰਚੇਸ ਦੇ ਉੱਤੇ, ਕਿਉਂਕਿ ਆਹ ਜਿਹੜੀਆਂ ਟਾਈਲਾਂ ਵਗੈਰਾ ਵਾ ਇਹਨਾਂ ਦਾ ਰੇਟ ਮਾਰਕੀਟ ਚ ਬਹੁਤ ਜ਼ਿਆਦਾ ਵਾ। ਮੈਂ ਕਿਹਾ ਜੀ ਬਾਜ਼ਾਰ ਵਾਲੇ ਲਾਟ ਦਾ ਮਾਲ ਵੇਚਦੇ ਭਾਜੀ ਇਹਨਾਂ ਰੇਟਾਂ ਦੇ ਵਿੱਚ, ਆਪਾਂ ਤੁਹਾਨੂੰ ਦੇਵਾਂਗੇ ਫਰੈਸ਼ ਦੇ, ਫਰੈਸ਼ ਕਿਹਾ ਤੇ ਫਰੈਸ਼ ਦਾ ਫਰੈਸ਼ ਮਾਲ ਆਊਗਾ, ਕੋਈ ਵੀਗਾ ਸਿੱਧਾ ਟਾਈਲ ਨਹੀਂ ਆ। ਮੈਂ ਕਿਹਾ ਜੀ ਪ੍ਰੀਮੀਅਮ ਕੁਆਲਿਟੀ ਦਾ ਕਾਲਾ ਪੱਥਰ ਗ੍ਰੇਨਾਈਟ, ਜਿਹੜੀ ਮੈਂ ਕਹਿੰਦਾ ਵੀ ਕਿਚਨਾਂ ਦੀ ਸ਼ੈਲਫਾਂ ਦੀ ਸ਼ਾਨ ਆ, ਬਿਲਕੁਲ ਬਿਲਕੁਲ ਜੀ, ਪੌੜੀਆਂ ਤੇ ਵਰਤਿਆ ਜਾਂਦਾ ਵਾ, ਪੌੜੀਆਂ ਤੇ ਪੋਰਚ ਤੇ ਭਾਜੀ ਕਿਚਨ ਦੀ ਸ਼ੈਲਫ ਦੇ ਉੱਤੇ। ਆਪਣਾ ਤੁਸੀਂ ਇਹ ਦੇਖੋ ਜੀ, ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਦੇਖੋਗੇ, ਕੋਈ ਲਾਈਨ ਨਹੀਂ ਹੈ, ਕੋਈ ਕ੍ਰੈਕ ਨਹੀਂ ਹੈ, ਕੋਈ ਪੈਚ ਨਹੀਂ ਹੈ, ਦੋ ਨੰਬਰ ਦਾ ਮਾਲ ਹੈ, ਇੱਕ ਨੰਬਰ ਦਾ ਮਾਲ ਹੈ, ਕੋਈ ਕਲਾੜ ਦਾ ਮਾਲ ਹੋਊਗਾ ਭਾਜੀ, ਜਿੰਨਾ ਮਰਜ਼ੀ ਲਓ ਫਰੈਸ਼ ਮਾਲ ਦਾ ਰੇਟ ਤੁਹਾਡੇ ਲਈ ਸਿਰਫ 1 ਤੇ 1 85 ਰੁਪਏ ਫੁੱਟ ਲੱਗ ਜਾਊਗਾ ਜੀ ਭਾਜੀ। ਇਹ ਮਾਰਕੀਟ ਤੇ 120 150 ਵੇਚੀ ਜਾਂਦੇ ਪਏ ਆ। ਮੈਂ ਕਹਿੰਦਾ ਲੋਕੀ ਇੱਥੇ 18% ਟੈਕਸ ਵੀ ਲਾਂਦੇ ਆ ਜੀ, ਆਪਣਾ ਵੱਲੋਂ ਕੋਈ ਟੈਕਸ ਵੀ ਨਹੀਂ, ਤੁਸੀਂ ਬਿੱਲ ਦੇ ਨਾਲ ਮਿਲੂਗਾ ਜੀ 85 ਰੁਪਏ, 85 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ। ਇਹ ਡਿਜ਼ਾਈਨ ਆ ਲੈ ਲਓ ਭਾਜੀ, ਆ ਦੇਖੋ ਵੀਰ ਜੀ ਮੇਰੇ, ਇੱਕ ਆ ਦੇਖੋ, ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 85 ਰੁਪਏ, ਕਿਤੇ ਮਾਲ ਦੀ ਕਮੀ ਤਾਂ ਨਹੀਂ ਆਊ। ਮੈਂ ਕਿਹਾ ਭਾਜੀ ਜਿੰਨਾ ਮਰਜ਼ੀ ਘਟਿਆ ਵਧਿਆ ਹਰ ਵੇਲੇ ਮਿਲੂਗਾ ਜੀ, ਨਿਸ਼ਚਿੰਤ ਹੋ ਕੇ ਲਗਾਓ ਤੁਸੀਂ, ਮਾਲ ਦੀ ਅਵੇਲੇਬਿਲਿਟੀ ਬਹੁਤ ਆ ਆਪਣੇ ਕੋਲ। ਤੁਸੀਂ ਚਾਹੇ ਪੋਰਚ ਲਗਾਓ ਭਾਜੀ, ਇਹਦਾ ਚਾਹੇ ਸੈਲਫ ਲਗਾਓ, ਚਾਹੇ ਪਿੱਲਰ ਲਗਾਓ, ਜੋ ਮਰਜ਼ੀ ਲਗਾਓ, ਕੋਈ ਦਿੱਕਤ ਪਰੇਸ਼ਾਨੀ ਹੋਵੇ ਵੀਰ ਤੁਹਾਡਾ ਬੈਠਾ ਵਾ, ਕੋਈ ਤੇੜ ਵਾਲਾ ਮਾਲ ਨਹੀਂ ਹੈਗਾ ਕਿਤੇ ਜੀ। ਆ ਦੇਖੋ ਉਹਨਾਂ ਐ ਲੱਗਦਾ ਇਟਾਲੀਅਨ ਹੈ ਜੀ, ਪੂਰਾ ਰੇਸ਼ੇ ਦੇਖੋ ਕਿੰਨੇ ਪਿਆਰੇ ਆ ਦੇ, ਐ ਲੱਗਦਾ ਇਟਾਲੀਅਨ। ਇਹ ਤਾਂ ਮਹਿੰਗਾ ਹੋਣਾ ਹੁਣ, ਇਹ ਤਾਂ 150 ਰੁਪਏ ਦਾ ਨਾ। ਭਾਜੀ ਤੁਹਾਨੂੰ ਮੈਂ ਕਿਹਾ ਸਿਰਫ ਤੇ ਸਿਰਫ 85 ਰੁਪਏ ਵੀ, ਇਹ ਵੀ 85 ਭਾਜੀ। ਮੈਂ ਕਿਹਾ ਜੀ ਤੁਸੀਂ ਚੱਕੋ 85 ਰੁਪਏ ਜੀ, ਕੋਈ ਨਹੀਂ ਸਿੰਦਰੋ, ਵੀਡੀਓ ਕਰ ਲਓ ਸ਼ੇਅਰ, ਜਿਹੜੇ ਵੀਰ ਸਾਡੇ ਫਲੋਰ ਦੇ ਆ, ਲੁਧਿਆਣੇ ਦੇ ਆ, ਜਲੰਧਰ ਦੇ ਆ, ਉਹਨਾਂ ਲਈ ਤਾਂ ਧਮਾਕਾ ਹੀ ਹੋ ਗਿਆ, ਕਿਉਂਕਿ ਰੇਟ ਦੇ ਵਿੱਚ ਕੁਆਲਿਟੀ ਵੀ ਇਹ ਨੰਬਰ 1 ਆ, ਇਹ ਵੀ ਕੂੜਾ ਕੁਆੜਾ ਨਹੀਂ ਹੈਗਾ ਮਾਰਕੀਟ 'ਚ, ਕੂੜਾ ਕੁਆੜਾ ਵੀ ਵੇਚੀ ਜਾ ਰਿਹਾ। ਮੈਂ ਕਿਹਾ ਜੀ ਗੱਲ ਘੁਮਾਉਂਦੇ ਆ ਜੀ, ਟੈਕਸ ਵਾਲਾ ਕੰਮ ਵੀ ਬਹੁਤ ਲੋਕੀ ਇਹਦੇ ਵਿੱਚ ਹੇਰਫੇਰ ਕਰਦੇ ਆ, ਰੇਟ ਪਹਿਲਾਂ ਘਟਦਾ ਸੀ, ਟੈਕਸ ਲਾਣ ਲੱਗ ਜਾਂਦੇ ਆ। ਬਿਲਕੁਲ ਬਿਲਕੁਲ ਜੀ, ਆਪਣਾ ਤੁਹਾਨੂੰ ਕਿਹਾ ਰੇਟ 85 ਹੈ ਤਾਂ ਮਤਲਬ 85 ਹੀ ਹੈ ਜੀ, 85 ਹੀ ਮਿਲਦਾ। ਹਾਂ ਬਿਲਕੁਲ ਬਿਲਕੁਲ ਜੀ, ਜਿੰਨਾ ਕੁਆਲਿਟੀ ਵੀ A1 ਹੋਊਗੀ, ਕੁਆਲਿਟੀ ਵੀ A1 ਹੋਊਗੀ ਜੀ, ਮਤਲਬ ਬਾਜ਼ਾਰ ਵਾਲਾ ਮਾਲ ਨਹੀਂ ਹੋਊਗਾ, ਕੋਈ ਕ੍ਰੈਕ ਹੈ, ਫੀਲਿੰਗ ਹੈ, ਕੁਝ ਨਹੀਂ ਹੋਊਗਾ ਜੀ। ਠੀਕ ਹੈ ਜੀ ਭਾਈ, ਭਾਜੀ ਹੁਣ ਜਿਹੜੇ ਵਾਅਦੇ ਕੀਤੇ ਉਹ ਚੇਤਾ ਰੱਖਣਾ, ਮਾਰਕੀਟ 'ਚ ਜਿਹੜੀ ਟਾਇਲ 45 ਰੁਪਏ 50 ਰੁਪਏ ਮਤਲਬ ਅਲੱਗ ਅਲੱਗ ਰੇਟ ਤੇ ਵੇਚਦੀ ਆ। ਠੀਕ ਹੈ ਭਾਜੀ, ਬਿਲਕੁਲ ਤੁਸੀਂ ਵੀਡੀਓ 'ਚ ਕਹਿਤੀ 28 ਰੁਪਏ। ਮੈਂ ਕਿਹਾ ਜੀ ਭਰਾ ਦਾ ਵਾਅਦਾ ਰਿਹਾ, ਤੁਸੀਂ ਜਦੋਂ ਮਰਜ਼ੀ ਜੀ ਸੱਦ ਕੇ ਆਓ, ਆਪਣਾ ਤੁਸੀਂ ਵੀਡੀਓ ਜ਼ਰੂਰ ਦਿਖਾਣੀ ਹੈ ਮੈਨੂੰ, ਤੁਸੀਂ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਹੈ ਇਹਨੂੰ। ਜੇ ਭਰਾ ਨੇ 28 ਰੁਪਏ ਕਿਹਾ ਤਾਂ 28 ਰੁਪਏ ਹੀ ਮਿਲੇਗੀ, ਜਦੋਂ ਮਰਜ਼ੀ ਆਓ, ਅੱਜ ਆ ਜਾਓ, ਕੱਲ੍ਹ ਆ ਜਾਓ, ਮਹੀਨੇ ਬਾਅਦ ਆ ਜਾਓ, 28 ਰੁਪਏ ਸਕੁਅਰ ਫੀਟ, 2x4 ਕੁਆਲਿਟੀ, ਜਿੰਨਾ ਮਰਜ਼ੀ ਘਟਿਆ ਵਧਿਆ ਸਭ ਮਿਲੇਗਾ ਜੀ। ਲਓ ਵੀ ਵੀਰੋ, ਭਾਜੀ ਹੁਣਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਭਾਜੀ, ਕਿਉਂਕਿ ਜਦੋਂ ਆਪਾਂ ਕਸਟਮਰ ਦਾ ਫਾਇਦਾ ਕਰਦੇ, ਸਾਡੇ ਕਸਟਮਰ ਵੀ ਖੁਸ਼ ਹੁੰਦੇ, ਵਿਊਵਰ ਜਿਹੜੇ ਦੇਖਣ ਵਾਲੇ ਆ ਉਹਨਾਂ ਦਾ ਕੁਛ ਨਾ ਕੁਛ ਫਾਇਦਾ ਹੋਣਾ ਚਾਹੀਦਾ, ਤੇ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਬਹੁਤ ਬਹੁਤ ਧੰਨਵਾਦ, ਇੱਕ ਵਾਰੀ ਫੇਰ ਯਾਦ ਕਰਾ ਦਈਏ, ਵਾਅਦੇ ਸਾਰੇ ਚੇਤੇ ਰੱਖਣੇ ਆ ਤੁਸੀਂ। ਮੈਂ ਕਿਹਾ ਬਿਲਕੁਲ ਭਾਜੀ ਬਿਲਕੁਲ, ਤੁਸੀਂ ਜਦੋਂ ਮਰਜ਼ੀ ਜੀ ਸਭ ਕੇ ਆਓ, ਕੋਈ ਨਿਸ਼ਚਿੰਤ ਰਹੋ, ਆਪਾਂ ਰੇਟ ਵਾਲਾ ਫਰਕ ਨਹੀਂ ਆਊਗਾ। ਠੀਕ ਹੈ ਬ੍ਰੋ, ਸਤਿ ਸ਼੍ਰੀ ਅਕਾਲ ਜੀ।